ਖਾਲਸਾ ਰੱਬੀ ਜੀਵਨ ਦੇ ਅੰਮ੍ਰਿਤ ਨਾਲ ਭਰੇ ਰਹਿੰਦੇ ਹਨ। ਇੱਥੇ ਟੋਟ ਕਦੀ ਨਹੀਂ ਪੈਂਦੀ, ਇੱਥੇ ਦਮਾਂ ਦੀ ਕਿਸ਼ਤੀ, ਸਤਸੰਗ ਕਿਸ਼ਤੀ, ਰੱਬੀ ਠਾਠਾਂ ਉੱਪਰ ਵਾਹਿਗੁਰੂ, ਧੰਨ ਗੁਰੂ ਨਾਨਕ, ਬਸ ਧੰਨ ਗੁਰੂ ਨਾਨਕ ਤੇ ਵਾਹਿਗੁਰੂ, ਵਾਹਿਗੁਰੂ ਰੂਪ ਦੀ। ਕਦੀ ਆਰ ਕਦੀ ਪਾਰ, ਇਹ ਪਤਾ ਆਰ ਪਾਰ ਕੀ ਹੈ? ਆਰ ਪੂਰਾ ਪਾਰ ਪਰੇ, ਆਰ ਕੀ ਹੈ? ਅੰਦਰ ਅੰਦਰ ਰੱਬ ਨਾਲ ਜੁੜੇ ਹੋਏ ਤੇ ਤਲਵਾਰ ਬਾਹਰ ਹੋਇਆ ਰਹੇ। ਸਾਰੇ ਗੁਰੂਆਂ ਨੇ ਦੁਨੀਆਂ ਦੇ ਕੰਮ ਕੀਤੇ ਹੈ, ਸਿੱਖਾਂ ਨੇ ਗ੍ਰਿਸ਼ ਦੇ ਕੰਮ ਕੀਤੇ ਹੈ, ਤੇ ਪਰ ਉਹ ਦੋ ਦੇਸਾਂ ਚ ਰਹਿੰਦੇ ਹੈ। ਦੇਖੋ ਤੁਹਾਡਾ ਅਸਲੀ ਦੇਸ਼ ਹੈਗਾ ਪੰਜਾਬ, ਇੱਥੇ ਹਮੇਸ਼ਾ ਯਾਦ ਰੱਖਦੇ ਆ, ਇੰਨੇ ਪੈਸੇ ਇਕੱਠੇ ਹੋ ਗਏ, ਦੇਸ਼ ਨੂੰ ਚੱਲਾਂਗੇ, ਆਹ ਚੰਗਾ ਮੇਜ਼ ਆ ਅਨਜਾ, ਆਹ ਚੰਗੀ ਚੀਜ਼ਾਂ ਆ ਲਿਜਾਣੀਆਂ, ਫਲਾਨਾ ਫਲੀ ਚੰਗੀ ਚੀਜ਼ ਆ, ਅਸੀਂ ਵੀ ਇਸ ਤਰ੍ਹਾਂ ਬਦਮਿਸ਼ ਕਰਦੇ ਕਰਦੇ ਬੜੀਆਂ ਚੀਜ਼ਾਂ ਇਕੱਠੀਆਂ ਕੀਤੀਆਂ, ਇਹ ਦੇਸ਼ ਨੂੰ ਜਾਵਾਂਗੇ, ਆਹ ਦੇਸ਼ ਨੂੰ ਜਾਵਾਂਗੇ, ਹੈਂ ਉਹ ਜਪਾਨੀਆਂ ਨੇ ਸਾਰੇ ਉੱਤੇ ਛੱਡਣਾ ਪਿਆ ਸਰ। ਸਾਡਾ ਦੇਸ਼ ਤਾਂ ਆ ਜੋ ਦਿਸਣ ਵਾਲਾ ਦੇਸ਼ ਹੈ, ਪਰ ਗੁਰਮੁਖ ਸੰਤਾਂ ਦਾ ਦੇਸ਼ ਉਹ ਅੰਦਰ ਹੈਗਾ, ਉਹ ਦੂਸਰਾ ਦੇਸ਼ ਹੈ। ਇੱਥੇ ਤਾਂ ਐਂ ਵਿਚਰਦੇ ਆ ਜਿਵੇਂ ਤੁਸੀਂ ਇੱਥੇ ਵਿਚਰਦੇ ਹੋ। ਰੱਬੀ ਜੀਵਨ ਦੇ ਅੰਮ੍ਰਿਤ ਨਾਲ ਭਰੇ ਰਹਿੰਦੇ ਹਨ, ਇੱਥੇ ਟੋਟ ਕਦੀ ਨਹੀਂ ਪੈਂਦੀ, ਇੱਥੇ ਦਮਾਂ ਦੀ ਕਿਸ਼ਤੀ ਰੱਬੀ ਠਾਠਾਂ ਉੱਪਰ ਵਾਹਿਗੁਰੂ ਧੰਨ ਗੁਰੂ ਨਾਨਕ ਦੀ ਕਦੀ ਆਰ ਜਾਂਦੀ ਹੈ ਤੇ ਕਦੀ ਪਾਰ ਜਾਂਦੀ ਹੈ। ਸਮਝਿਆ ਨਾ ਕਿ ਦੁਨੀਆਂ 'ਚ ਸੁਰਤੀ ਆ ਗਈ, ਇੱਥੇ ਕੋਈ ਕੰਮ ਸੰਗਤ ਸਾਂਭ ਲਿਆ ਤੇ ਕਦੀ ਉਹਦਾ। ਸਿੱਖ ਫਕੀਰ ਦੇ ਹਿਰਦੇ ਵਿੱਚ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਜੀ ਦਾ ਨਿੱਤ ਅਵਤਾਰ ਫੇਰੇ ਪਾਉਂਦਾ। ਸਰੀਰ ਵਾਲੇ ਗੁਰਮੁਖ ਸੰਤ ਸਰੀਰ ਜਿਹੜੇ ਚਲੇ ਗਏ ਸੰਤ ਸਿੰਘ ਵਰਗੇ 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 ਪੂਰਨ ਸਿੰਘ ਵਰਗੇ ਆ ਸਰੀਰੀ ਸੰਤਾਂ ਦੇ ਪ੍ਰਤੀ ਨਜ਼ਦੀਕ। ਹਾਂਜੀ, ਗੁਰੂ ਨਾਨਕ ਨੂੰ ਮਿਲਣ ਦਾ ਰਸਤਾ, ਅੰਦਰ ਵੜਨ ਦਾ ਰਸਤਾ, ਨਿੱਜ ਘਰ ਮਹਿਲ ਪਹੁੰਚਣ ਦਾ ਰਸਤਾ, ਗੁਰਮੁਖ ਸੰਤਾਂ ਦੇ ਚਰਨ ਫੜ ਕੇ ਇਸ ਭੇਤ ਹੈ। ਗੁਰਮੁਖ ਸੰਤਾਂ ਜਿਨ੍ਹਾਂ ਨੇ ਬਾਣੀ ਕਮਾਈ ਹੈ, ਜਿਨ੍ਹਾਂ ਨੇ ਉਹ ਜਿਹੜੇ ਉਸ ਦੇਸ਼ ਦੇ ਵਾਸੀ ਹੋ ਚੁੱਕੇ ਹਨ, ਗੁਰਮੁਖ ਸੰਤਾਂ ਦੇ ਚਰਨ ਫੜ ਕੇ ਬਾਣੀ ਦੀ ਸ਼ਰਨ ਜਾਣਾ। ਬਾਣੀ ਦੀ ਸ਼ਰਨ ਤੁਸੀਂ ਜਾ ਨਹੀਂ ਸਕਦੇ ਜਿੰਨੇ ਚਿਰ ਗੁਰਮੁਖ ਸੰਤਾਂ ਮਿਹਨਤ ਨਹੀਂ ਹੁੰਦੀ। ਕਿਉਂ? ਹਰੇਕ ਬਾਣੀ ਪੜ੍ਹਦੇ ਹੈ ਨਾ, ਬਾਣੀ ਚੋਂ ਕੀ ਕੱਢਦੇ ਹੈ? ਤੁਸੀਂ ਅੱਜ ਮੈਂ ਸਵੇਰੇ ਕਹਿ ਰਿਹਾ ਸੀ ਕਿ ਹਾਏ ਹਾਏ ਇਸ ਕੌਮ ਕੋਲ ਇਹੀ ਬਾਣੀ ਹੋਵੇ ਤੇ ਇਸ ਤਰ੍ਹਾਂ ਦੁਨੀਆਂ ਵਰਗ ਨੂੰ ਮਾਇਆ ਦੇ ਵਿੱਚ ਰੁਲਦੇ ਫਿਰਨ, ਇੰਨੀ ਦੁਖੀ ਹੋਣ। ਇਸ ਬਾਣੀ ਤੋਂ ਬਿਲਕੁਲ ਉਲਟ ਹੈ। ਇਹਦਾ ਮਤਲਬ ਇਹ ਹੈ ਕਿ ਅਸੀਂ ਸਿੱਖਾਂ ਨੇ ਸਾਡੀ ਏਡੀ ਵੱਡੀ ਜਾਇਦਾਦ ਹੈ, ਇਹਦੇ ਬਰਾਬਰ ਦੀ ਹੋਰ ਕੋਈ ਜਾਇਦਾਦ ਨਹੀਂ ਦੁਨੀਆਂ 'ਚ ਹੈਗੀ। ਇਹ ਇੰਨੀ ਜਾਇਦਾਦ ਹੁੰਦਿਆਂ ਹੋਇਆ ਫਿਰ ਅਸੀਂ ਗਰੀਬ ਮੂਲ ਹੰਕਾਰ ਦੇ ਵਿੱਚ ਫਸੇ ਪਏ ਹਾਂ ਤੇ ਨਾਲੇ ਟੁੱਕਰ ਟੁੱਕਰ ਪਿੱਛੇ ਟਕੇ ਟਕੇ ਗੋਲੇ ਬਣੇ ਫਿਰਦੇ ਹਾਂ, ਟਕਿਆਂ ਦੇ ਗੋਲੇ ਬਣੇ ਫਿਰਦੇ ਹਾਂ। ਇੰਨੀ ਇਹੀ ਜਿਹੀ ਬਾਣੀ ਹੁੰਦੇ ਆ, ਇਹ ਬਾਣੀ ਚੋਂ ਕੱਢਦੇ ਕੁਛ ਨਹੀਂ ਹੈ। ਮਹਾਂਪੁਰਖਾਂ ਦੇ ਕੋਲ ਰਹਿਣਾ ਤੇ ਇਹ ਬਾਣੀ ਸੋਝੀ ਆਉਂਦੀ। ਬਾਣੀ ਹੈ ਕੀ ਚੀਜ਼? ਬਾਣੀ ਤੋਂ ਲਾਭ ਉਠਾਉਂਦੇ ਹਾਂ, ਨਹੀਂ ਤਾਂ ਬਸ ਅਖੰਡ ਪਾਠ ਕਰਾ ਚੰਗੇ। ਇਹਦਾ ਮਤਲਬ ਇਹ ਨਹੀਂ ਅਖੰਡ ਪਾਠ ਨਹੀਂ ਕਰਾਉਣਾ ਚਾਹੀਦਾ, ਕੁਛ ਤਾਂ ਲਾਭ ਹੁੰਦਾ ਹੈ। ਪਰ ਗੁਰਬਾਣੀ ਦੀ ਅਸਲੀਅਤ, ਗੁਰਬਾਣੀ ਅਸਲੀ ਦੇ ਦੇਖੋ ਨਾ, ਫਿਰ ਕੇ ਬੈਸੋ 3000 ਦਫ਼ਾ ਤੁਸੀਂ ਸੁਣਿਆ ਹੋਊਗਾ, ਮਗਰ ਤੁਹਾਨੂੰ ਮੈਂ ਕਲੀਅਰ ਕਰਕੇ ਫਿਰ ਫਿਰ ਕੇ ਬੈਸੋ ਦਾ ਮਤਲਬ ਹੈ। ਇਸ ਤਰ੍ਹਾਂ ਗੁਰਬਾਣੀ ਦੀ ਇੱਕ ਇੱਕ ਟੁੱਕ ਜਿਹੜੀ ਹੈ, ਇੰਨੇ ਮੀਨਿੰਗ ਡੂੰਘੇ ਪਰ ਇੱਕ ਇੱਕ ਟੁੱਕ ਵਿੱਚ ਇੰਨੇ ਮੀਨਿੰਗ ਹੈਗੇ, ਇੰਨਾ ਇਹਦੇ ਡੂੰਘਾ ਭੇਤ ਹੈ ਕਿ ਸਿਰਫ ਬਾਣੀ ਕਮਾਈ ਹੋਈ ਜਿਵੇਂ ਹੋਵੇ, ਜ਼ਿੰਦਗੀ ਬਾਣੀ ਹੋਵੇ, ਨਾਮ ਸਿਮਰਨ ਕੀਤਾ ਹੋਵੇ, ਉਹੀ ਇਹ ਬਾਣੀ ਨੂੰ ਦਰਸਾ ਸਕਦਾ ਹੈ। ਅਕਲਾਂ ਨਾਲ ਤਾਂ ਤੂੰ ਬਥੇਰੀਆਂ ਘੋਟ ਲੈਂਦਾ, ਚੱਕਰੇ ਵੀ ਲਾ ਲੈਂਦਾ। ਹਾਂਜੀ, ਸਤਿਗੁਰੂ ਨਾਨਕ ਨੂੰ ਮਿਲਣ ਦਾ ਰਸਤਾ ਸਮਝ ਲਓ। ਗੁਰਮੁਖ ਸੰਤਾਂ ਦੇ ਚਰਨ ਫੜ ਕੇ ਜਨਮ ਦੀ ਸੰਗਤ ਕਰਕੇ ਬਾਣੀ ਦੀ ਸ਼ਰਨ ਜਾਣਾ। ਬਾਣੀ ਦੀ ਸ਼ਰਨ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਰਗਾਹ ਹਾਜ਼ਰ ਹੋਣਾ, ਤੇ ਫਿਰ ਇੱਥੇ ਹਾਜ਼ਰ ਹੋ ਕੇ ਵੀ ਇੱਥੇ ਵੀ ਅਜੇ ਨਹੀਂ ਮੁੱਕਿਆ ਕੰਮ, ਫਿਰ ਵੀ ਉਤਲਿਆਂ ਦੇ ਦਰਬਾਰ ਪਹੁੰਚਣਾ, ਇਹਨਾਂ ਮਦਦਗਾਰਾਂ ਸਤਸੰਗੀਆਂ ਨੂੰ ਮਿਲਣਾ। ਜਿਹੜੇ ਸਤਸੰਗੀ ਜਿਹਨੇ ਬਾਣੀ ਕਮਾਈ ਹੈ, ਜਿਹਨੇ ਉਹਨਾਂ ਸਤਸੰਗੀਆਂ ਨਾਲ ਮਿਲਣਾ, ਉਹਨਾਂ ਦੀ ਸੰਗਤ ਕੇ ਮਿਲਣਾ, ਮਤਲਬ
ਸੰਗਤ ਕਰਨੀ ਜਿਹੜੀ ਹੁਣ ਮੈਂ ਤੁਹਾਨੂੰ ਦੱਸ ਰਿਹਾ ਸੰਗਤ ਕਰਨੀ ਕਦੇ ਕਿਸੇ ਦੇ ਪਰਾਂ ਤੇ ਦੇਖਣਾ ਕਦੇ ਇਹਦੇ ਪਰਾਂ ਤੇ ਕਦੇ ਉਹਦੇ ਪਰਾਂ ਤੇ ਕਰਨਾ ਤੂੰ ਸੰਗਤ ਕਰਕੇ ਆਪਣਾ ਮਨ ਜਿਹੜਾ ਹੇਠਾਂ ਨੂੰ ਡਿੱਗਦਾ ਹੈ ਮਾਇਆ ਵਿੱਚ ਡਿੱਗਦਾ ਹੈ ਜੋ ਗੁਰਮੁਖ ਚੰਨ ਮਿਲਿਆ ਹੈ ਤੇ ਉਹ ਉੱਥੋਂ ਉਹ ਥੋੜਾ ਉੱਡਦਾ ਹੈ ਨਾ ਉਹ ਤਾਂ ਉੱਠਦਾ ਉਹਦੇ ਪਰਾਂ ਤੇ ਉੱਠੇ ਕਦੇ ਕਿਸੇ ਦੇ ਪਰਾਂ ਤੇ ਕਦੇ ਕਿਸੇ ਦੇ ਪਰਾਂ ਤੋਰ ਕਲੀਆਂ ਵਾਲੇ ਦੀ ਦਰਗਾਹ ਅਕਾਲੀ ਦਰਗਾਹ ਵਿੱਚ ਅਪਣਾ ਬੜੀ ਦੂਰ ਦੀ ਮੰਜ਼ਿਲ ਸਤਿਗੁਰ ਨੇ ਕਦਮ ਕਦਮ ਤੇ ਮੁਕਾਈ ਬਹੁਤ ਨੇੜੇ ਸੋ ਜੇ ਚਿੱਠੀ ਲੱਭ ਜਾਏ ਤਾਂ ਅਭੀ ਚੇਲੀ ਜੋ ਦਾ ਦੇਸ ਲੱਭਾ ਉਹਨੇ ਚ ਕਰਾ ਗਿਆ ਇਹ ਸਿੱਖੀ ਕੀ ਹੈ ਸਿਮਰਨ ਬਾਣੀ ਸਿਮਰਨ ਤੇ ਸਤਸੰਗ ਮਹਾਂਪੁਰਖਾਂ ਇੱਥੋਂ ਉੱਜੜ ਕੇ ਉੱਥੇ ਜਾ ਵਸਣ ਦਾ ਨਾਮ ਕਿੱਥੋਂ ਉੱਜੜ ਕੇ ਯਾਰ ਉੱਜੜ ਕੇ ਉੱਜਣ ਦਾ ਮਤਲਬ ਨਹੀਂ ਕਿ ਸਭ ਕੁਛ ਛੱਡ ਕੇ ਚਲੇ ਜਾਓ ਨਹੀਂ ਮਨ ਨੂੰ ਇੱਥੋਂ ਉਜਾੜ ਕੇ ਮਨ ਦਾ ਹੁਣ ਕੇਂਦਰ ਸਾਡਾ ਆਹ ਦੁਨੀਆਂ ਸਾਡਾ ਮਨ ਦਾ ਕੇਂਦਰ ਬਣਿਆ ਆਹ ਪਰਿਵਾਰ ਮਨ ਦਾ ਕੇਂਦਰ ਬਣਿਆ ਹੈ ਇੱਥੋਂ ਮਨ ਇਸ ਕੇਂਦਰ ਤੋਂ ਕੱਢ ਕੇ ਸੈਂਟਰ ਚੋਂ ਕੱਢ ਕੇ ਨਾਮ ਦੇ ਸੈਂਟਰ ਵਿੱਚ ਨਾਨਕ ਪਿਆਰ ਦੇ ਸੈਂਟਰ ਵਿੱਚ ਲੈ ਜਾਣਾ ਇੱਥੋਂ ਉੱਜੜਨਾ ਇਹਦਾ ਮਤਲਬ ਹੈ ਇੱਥੋਂ ਉੱਜੜ ਕੇ ਨਾਨਕ ਪਿਆਰ ਵਿੱਚ ਨਾਨਕ ਘਰ ਵਿੱਚ ਇਹ ਵਸਣ ਦਾ ਨਾਂ ਨਾਲ ਉਹ ਅਮੁੱਲਕ ਜੀਵਨ ਪ੍ਰਾਪਤ ਹੈ ਜਿਸ ਦੇ ਤਰਲੇ ਅਹਿਮਦ ਸਮਝੇ ਸੰਸਾਰ ਦੇ ਉੱਚੇ ਤੇ ਪਹਿਲੇ ਦਰਜੇ ਦੇ ਬੁੱਧੀਮਾਨ ਲੋਕ ਲੈ ਰਹੇ ਸਨ ਕਹਿੰਦੇ ਇੱਥੇ ਦੇਖੋ ਜੀ ਤੁਹਾਡੇ ਅੰਦਰ ਸਾਰੇ ਅੰਦਰ ਨਾਮ ਤਾਂ ਹੈ ਸਾਰਿਆਂ ਅੰਦਰ ਪਿਆਰ ਤਾਂ ਹੈ ਸਿਰਫ ਜਗਾਉਣ ਦੀ ਲੋੜ ਹੈ ਇਹਦੇ ਅੰਦਰ ਛੋਟੇ ਦੀ ਅੱਗ ਜਗਾਉਣ ਦੀ ਲੋੜ ਹੈ ਉਹ ਕਹਿੰਦਾ ਹੈ ਕਿ ਖਮੀਰ ਦੁੱਧ ਨੂੰ ਜਾਗ ਲਾਏ ਬਗੈਰ ਦੁੱਧ ਨੂੰ ਜਮਦਾ ਮੱਖਣ ਨਹੀਂ ਇਸ ਤਰ੍ਹਾਂ ਜਾਗ ਲਗਾਉਣ ਦੀ ਲੋੜ ਹੈ ਖਮੀਰ ਲਾਉਣ ਦੀ ਲੋੜ ਹੈ ਹਾਂਜੀ ਇਹ ਸਭ ਚੀਜ਼ਾਂ ਸਤਿਗੁਰੂ ਸਾਰੀਆਂ ਚੀਜ਼ਾਂ ਸਤਿਗੁਰੂ ਸਿਮਰਨ ਵਾਲੇ ਨੂੰ ਛੱਤ ਪਾੜ ਕੇ ਦਿੰਦਾ ਹੈ ਤੇ ਸਿਮਰਨ ਦੇ ਜੀਵਨ ਉੱਤੇ ਉੱਚੀ ਦੇ ਫਰਿਸ਼ਤਿਆਂ ਦੇ ਦੇਵੀ ਦੇਵਤਿਆਂ ਦਾ ਪਹਿਰਾ ਹੁੰਦਾ ਹੈ ਸਿਮਰਨ ਵਾਲਿਆਂ ਤੇ ਫਿਰ ਗੁਰੂ ਨਾਨਕ ਪਹਿਰਾ ਦਿੰਦਾ ਹੈ ਉਹਨੂੰ ਜੇ ਹੇਠਾਂ ਡਿੱਗਣ ਲੱਗਦਾ ਨਾ ਤੇ ਬਚਾਉਂਦਾ ਕੋਈ ਗੁਰਮੁਖ ਭੇਜ ਕੇ ਜਾਂ ਕੋਈ ਹੋਰ ਉਹਦਾ ਆਸਰਾ ਬਣਾ ਕੇ ਉਹ ਉਤਰਾਂ ਚੁੱਕਦਾ ਹੈ ਸਤਿਗੁਰੂ ਦੇ ਘਰ ਦੀ ਮਹਿਮਾ ਸਿਮਰਨ ਨਾਲ ਆਰੰਭ ਹੁੰਦੀ ਹੈ ਤੇ ਰੂਹ ਧੰਨ ਗੁਰੂ ਨਾਨਕ ਜਾਂ ਗੀਤ ਗਾਉਂਦੀ ਮਿੱਟੀ ਹੱਡੀ ਮਾਸ ਦੀਆਂ ਦੀਵਾਰਾਂ ਥੀ ਬਾਹਰ ਨਿਕਲ ਖੜੋਂਦੀ ਹੈ ਮੈਨੂੰ ਪਹਿਲੀ ਉਡਾਰੀ ਸਿਮਰਨ ਵਾਲੇ ਦੀ ਵੈਸੇ ਹੀ ਸੁਣ ਤੇ ਚੰਗੀ ਲੱਗਦੀ ਹੈ ਜੈਸੀ ਕਿ ਪਹਿਲੀ ਉਡਾਰੀ ਨਿੱਕੇ ਜਿਹੇ ਚਿੜੀ ਦੇ ਪੋਰ ਦੀ ਹਾਂਜੀ ਸਿੱਖ ਫਕੀਰ ਬਹਿੰਗਮੀ ਮਾਰਗ ਚੱਲਣ ਵਾਲੇ ਲੋਕ ਹਨ ਜਦ ਖੰਭ ਨਿਕਲ ਪੈਂਦੇ ਹਨ ਤਦ ਉਹਨਾਂ ਦਾ ਆਕਾਸ਼ਾਂ ਵਿੱਚ ਉੱਡਦੇ ਹਨ ਖੰਭ ਕਦ ਸਿਮਰਨ ਦੇ ਪਿਆਰ ਦੇ ਖੰਭ ਨਿਕਲਦੇ ਫਿਰ ਆਕਾਸ਼ਾਂ ਦੀ ਉਡਾਰੀ ਮਾਰਦੇ ਹਨ ਜਿਹਨਾਂ ਦੇ ਚਾਨਣ ਕਵੀ ਹੋਰਾਂ ਦੇ ਫਲ ਸੜਨ ਲੱਗ ਪੈਂਦੇ ਹਨ ਹਾਂਜੀ ਸਿਮਰਨ ਦਾ ਜੀਵਨ ਖਮੀਰ ਦਾ ਜੀਵਨ ਹੈ ਜਾਗਲਾ ਜੀਵਨ ਹੈ ਜਾਗਲਾ ਨੂੰ ਇਹ ਖਮੀਰ ਗੁਰਸਿੱਖਾਂ ਪਾਸੋਂ ਮਿਲਦਾ ਹੈ ਖਮੀਰ ਤਿਆਗ ਇਹ ਗੁਰਸਿੱਖਾਂ ਮਹਾਂਪੁਰਖਾਂ ਕੋਲ ਮਿਲਦਾ ਹੈ ਤਦੋਂ ਆਏ ਮਿਲ ਗੁਰਸਿੱਖ ਆਏ ਮਿਲ ਦੇ ਪ੍ਰਾਰਥਨਾ ਸਤਿਗੁਰ ਨੇ ਸਿਖਾਈ ਹੈ ਬਿਨਾਂ ਗੁਰਸਿੱਖਾਂ ਗੁਰਮੁਖਾਂ ਦੇ ਖਮੀਰ ਦਿੱਤੇ ਜਾਗ ਲਾਏ ਛੋ ਲਾਏ ਤੇ ਹੈਂ ਸਿੱਖੀ ਨਹੀਂ ਪ੍ਰਾਪਤ ਹੋ ਸਿੱਖਾਂ ਦੀ ਪਹਿਲੀ ਲੋੜ ਸਿਮਰਨ ਦੇ ਖਮੀਰ ਦਾ ਜੀਵਨ ਹੈ ਕੱਲ ਨੂੰ ਇਸ ਦੇ ਸ਼ਾਮ ਨੂੰ